ਦੇਖੋ ਧਰਨਿਆਂ 'ਤੇ ਇਹਨਾਂ ਨੂੰ ਰਿਕੁਐਸਟ ਅਸੀਂ ਕੀਤੀ ਵੀ ਇਹ ਕੰਮ ਨਾ ਕਰੋ, ਠੀਕ ਨਹੀਂ। ਸੋ ਹੁਣ ਜਿਹੜਾ ਸਾਡੀ ਰਿਕੁਐਸਟ ਮੰਨ ਲੂਗਾ, ਮੈਂ ਸਮਝਣਾ ਵੀ ਮੰਨ ਲੈਣਗੇ, ਜੇ ਨਹੀਂ ਤਾਂ ਫਿਰ ਅਸੀਂ ਬੱਚਿਆਂ ਦੀ ਐਜੂਕੇਸ਼ਨ ਦਾ ਨੁਕਸਾਨ ਨਹੀਂ ਹੋਣ ਦੇਣਾ, ਫਿਰ ਕਾਨੂੰਨ ਆਪਣਾ ਕੰਮ ਕਰੂ। ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਤਨਖਾਹਾਂ 40,000 ਤੋਂ 15,000 ਕਰਨ ਤੋਂ ਬਾਅਦ ਪੂਰੇ ਪੰਜਾਬ ਭਰ ਦੇ ਅਧਿਆਪਕਾਂ ਦਾ ਗੁੱਸਾ ਫੁੱਟਿਆ ਹੋਇਆ ਅਤੇ ਥਾਂ ਥਾਂ 'ਤੇ ਇਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਤੇ ਸਰਕਾਰ ਦੇ ਖਿਲਾਫ ਇਹਨਾਂ ਦਾ ਗੁੱਸਾ ਜੰਮ ਕੇ ਵਰਿਆ। ਪਟਿਆਲਾ ਤੋਂ ਬਾਅਦ ਹੁਣ ਰੋਪੜ ਦੇ ਵਿੱਚ ਦੇਰ ਰਾਤ ਵਿਧਾਨ ਸਭਾ ਸਪੀਕਰ ਰਾਣਾ KP ਦੀ ਕੋਠੀ ਦਾ ਘਿਰਾਓ ਇਹਨਾਂ ਅਧਿਆਪਕਾਂ ਦੇ ਪਰਿਵਾਰਾਂ ਵੱਲੋਂ ਕੀਤਾ ਗਿਆ। ਅਧਿਆਪਕਾਂ ਦੇ ਇਹਨਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ ਪਰ ਆਪਣੇ ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਨਹੀਂ ਹੋਣ ਦੇਣਗੇ ਅਤੇ ਨਾ ਹੀ ਉਹਨਾਂ ਦੀਆਂ ਤਨਖਾਹਾਂ 'ਚ ਕਟੌਤੀ ਹੋਣ ਦਿੱਤੀ ਜਾਵੇਗੀ। ਮੈਂ ਧਰਨਾ ਲਾਉਣਾ ਸੀਗਾ, ਸਾਡਾ ਸਾਥੀ ਸ਼ਮਿੰਦਰ ਸਿੰਘ ਪਿਛਲੇ 4 ਦਿਨਾਂ ਤੋਂ ਮਰਨ ਵਰਤ 'ਤੇ ਬੈਠਾ, ਕਿਹੜੀਆਂ ਕਿਹੜੀਆਂ ਗੱਲਾਂ ਉਹ ਹੁਣ ਮੈਂ ਤੁਹਾਡੇ ਨਾਲ ਨਹੀਂ ਸਾਂਝੀਆਂ ਕਰੂੰਗਾ ਕਿਉਂਕਿ ਸਾਰੇ ਮੀਡੀਆ ਨੂੰ ਪਤਾ ਹੈ। ਪਰ ਸਾਡਾ ਜਿਹੜਾ ਸੀਗਾ, ਅਸੀਂ ਆਪਣੇ ਮੰਗ ਪੱਤਰ ਇਹਨਾਂ ਨੂੰ ਪਹਿਲਾਂ ਦੇ ਚੁੱਕੇ ਹਾਂ ਕੈਬਨਿਟ ਦੇ ਵਿੱਚ, ਸਾਨੂੰ ਇਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਅਸੀਂ ਤੁਹਾਡੀ ਗੱਲ ਰੱਖਾਂਗੇ, ਪਰ ਇਹਨਾਂ ਨੇ ਸਾਡੀ ਗੱਲ ਨਹੀਂ ਰੱਖੀ। ਪੁਲਿਸ ਪ੍ਰਸ਼ਾਸਨ ਨੇ ਸਾਡੇ ਨਾਲ ਧੱਕਾ ਕਰਿਆ, ਪਿਸਤੌਲ ਕੱਢਿਆ ਮੇਰੇ 'ਤੇ। ਮੈਂ ਉਸ ਵੀਰ ਨੂੰ ਕਿਹਾ, ਸਾਡਾ ਇੱਕ ਵੀਰ ਉੱਥੇ ਮਰਨ ਵਰਤ 'ਤੇ ਬੈਠਾ, ਅਸੀਂ ਮਰਨੇ ਨੂੰ ਤਿਆਰ ਹਾਂ, ਉਹਦਾ ਜਿੱਥੇ ਪਸੀਨਾ ਡੁੱਲੂਗਾ ਉੱਥੇ ਸਾਡੇ ਖੂਨ ਦੀਆਂ ਨਦੀਆਂ ਡੁੱਲੂਗੀਆਂ, ਖੂਨ ਦੀਆਂ ਨਦੀਆਂ ਵਹੂਗੀਆਂ। ਮੈਂ ਇੱਥੇ ਇਹ ਦੱਸਣਾ ਚਾਹੁੰਦਾ, ਅੱਜ ਤਾਂ ਅਰਥੀ ਦਰਵਾਜ਼ੇ ਦੇ ਮੂਹਰੇ ਫੂਕੀ ਆ, ਪਰ ਅਗਲੇ ਦਿਨ ਅੰਦਰ ਫੂਕਾਂਗੇ ਜੇ ਸਾਡੇ ਵੀਰ ਦਾ ਉੱਥੇ ਬਾਲ ਵੀ ਵਿੰਗਾ ਹੋਇਆ, ਗਾਹਾਂ ਪਤਾ ਨਹੀਂ ਕੀ ਫਿਰ ਫੂਕਾਂਗੇ ਅਸੀਂ। ਇਹ ਸਰਕਾਰ ਨੇ ਜਿਹੜੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਦਰਿਆ ਚਲਾਤਾ ਆ, ਦੂਜੇ ਪਾਸੇ ਸਰਕਾਰ ਪੜ੍ਹੇ ਲਿਖੇ ਮੁਲਾਜ਼ਮਾਂ ਨੂੰ, ਪੜ੍ਹੇ ਲਿਖੇ ਲੋਕਾਂ ਨੂੰ ਖਰਾਬ ਕਰਨ 'ਤੇ ਤੁਰੀ ਹੋਈ ਆ। ਸਾਡੇ ਜਿਹੜੇ ਬੱਚੇ ਆ, ਮੇਰਾ ਬੇਟਾ ਸ਼ਮਿੰਦਰ ਸਿੰਘ ਅੱਜ ਧਰਨੇ 'ਤੇ ਮਰਨ ਵਰਤ 'ਤੇ ਬੈਠਾ ਪਟਿਆਲੇ, ਉਹ ਆਪਣੀਆਂ ਤਨਖਾਹਾਂ ਇਹਨਾਂ ਬੱਚਿਆਂ ਦੀਆਂ ਕੱਟ ਦਿੱਤੀਆਂ ਸਰਕਾਰ ਨੇ ਰੈਗੂਲਰ ਕਰਨ ਦੇ ਨਾਂ 'ਤੇ। ਉਹ ਕਹਿੰਦੇ ਆ ਵੀ ਰੈਗੂਲਰ ਹੋ ਜਾਓ, 42,800 ਤੋਂ ਲੈ ਕੇ ਤੁਸੀਂ ਹੁਣ ਘਟਾ ਕੇ 1500 ਲੈ, 15,000 ਲੈ ਲਓ, ਪਰ ਇਹ ਸਾਨੂੰ ਮਨਜ਼ੂਰ ਨਹੀਂ ਹੈ। ਇਸ ਕਰਕੇ ਇਹਨਾਂ ਤਨਖਾਹਾਂ ਨੂੰ ਅਸੀਂ ਕੱਟ ਨਹੀਂ ਲੱਗਣ ਦੇਣਾ, ਅਸੀਂ ਉਹਦੇ ਮਾਪੇ ਹਾਂ, ਅਸੀਂ ਉਹਦੇ ਪਿੱਛੇ ਖੜ੍ਹੇ ਹਾਂ, ਸਪੋਰਟ ਆ ਸਾਡੇ ਬੱਚੇ ਨੂੰ, ਇਹਨਾਂ ਸਾਰੇ ਬੱਚਿਆਂ ਦੀ, ਇਹ ਸਾਡੇ ਸਾਰੇ ਬੱਚੇ ਆ, ਇਹਨਾਂ ਸਾਰੇ ਬੱਚਿਆਂ ਦੀ ਉਹਨੂੰ ਸਪੋਰਟ ਹੈ। ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਬੱਚਿਆਂ ਨੂੰ ਪੂਰੇ ਰੈਗੂਲਰ ਤਨਖਾਹ 'ਤੇ, ਜਿੱਦਣ 'ਤੇ ਇਹ ਨੌਕਰੀ ਵਿੱਚ ਆਏ ਹੈ, 10-7 ਸਾਲ ਤੋਂ ਨੌਕਰੀ ਕਰਦੇ ਹੈ, ਉਸ ਦਿਨ ਤੋਂ ਹੀ ਰੈਗੂਲਰ ਕੀਤਾ ਜਾਵੇ। ਇਹਨਾਂ ਅਧਿਆਪਕਾਂ ਦਾ ਕਹਿਣਾ ਹੈ ਕਿ ਲੋਕ ਤਾਂ ਅਧਿਆਪਕਾਂ ਨੂੰ ਪੂਜਦੇ ਨੇ ਪਰ ਸਰਕਾਰ ਉਹਨਾਂ ਦੇ ਨਾਲ ਧੋਖਾ ਕਰਕੇ ਅਧਿਆਪਕ ਦਾ ਨਿਰਾਦਰ ਕਰ ਰਹੀ ਹੈ। ਪੰਜਾਬ ਸਰਕਾਰ ਦੀ ਇਹ ਸ਼ਰੇਆਮ ਧੱਕਾ ਏ, ਇੱਕ ਪਾਸੇ ਸਾਰੇ ਕੈਬਨਿਟ ਮੰਤਰੀਆਂ ਨਾਲ ਗੱਲ ਕਰਨ ਤੋਂ ਬਾਅਦ ਸਾਡੀ ਮੰਗ ਜਾਇਜ਼ ਮੰਨਣ ਤੋਂ ਬਾਅਦ ਵੀ ਸਾਡੇ ਤਨਖਾਹ 'ਤੇ 60-65%, 70% ਦਾ ਕੱਟ ਲਾ ਕੇ ਪੰਜਾਬ ਸਰਕਾਰ ਸਾਡੇ ਲਈ ਫਰਮਾਨ ਲੈ ਕੇ ਆਈ ਹੈ। ਜਦੋਂ ਅਸੀਂ ਆਪਦਾ ਐਜੀਟੇਸ਼ਨ ਕਰਦੇ ਹਾਂ ਪਟਿਆਲੇ ਦੇ ਵਿੱਚ ਤਾਂ ਸਾਡੇ ਸਾਥੀਆਂ ਨੂੰ ਸਸਪੈਂਡ ਕਰਦੇ ਨੇ, ਜਦੋਂ ਅਸੀਂ ਜ਼ਿਲ੍ਹਿਆਂ ਦੇ ਵਿੱਚ ਅਰਥੀਆਂ ਫੂਕਣ ਦੀ ਗੱਲ ਕਰਦੇ ਹਾਂ ਤਾਂ ਸਾਡੇ ਪਰ ਨੂੰ ਪਿਸਤੌਲ ਤਾਣੀ ਹੈ ਇੱਥੋਂ ਦੀ ਪੁਲਿਸ ਪ੍ਰਸ਼ਾਸਨ ਨੇ। ਅਸੀਂ ਚੇਤਾਵਨੀ ਦੇਣਾ ਚਾਹੁੰਦੇ ਹਾਂ KP ਰਾਣੇ ਨੂੰ, ਇੱਥੋਂ ਦੇ ਕੈਬਨਿਟ ਨੂੰ, ਇੱਥੋਂ ਦੇ ਸਿੱਖਿਆ ਮੰਤਰੀ ਨੂੰ, ਇੱਥੇ ਦੇ ਮੁੱਖ ਮੰਤਰੀ ਨੂੰ ਕਿ ਜੇਕਰ ਸਾਡੇ ਸਾਥੀਆਂ ਨੂੰ ਪੂਰੀ ਤਨਖਾਹਾਂ ਸਮੇਤ ਡਿਪਾਰਟਮੈਂਟ 'ਚ ਰੈਗੂਲਰ ਨਾ ਕੀਤਾ, ਅਸੀਂ ਮਰੇ ਹੋਏ ਹਾਂ, ਅਸੀਂ ਸਰਕਾਰ ਦੇ ਸਿਰ ਚੜ੍ਹ ਕੇ ਮਰਾਂਗੇ। ਆਉਣ ਵਾਲੇ ਸਮੇਂ 'ਚ ਇਹ ਸੰਘਰਸ਼ ਹੋਰ ਤਿੱਖਾ ਜਾਊਗਾ। ਸ਼ਾਇਦ ਪ੍ਰਸ਼ਾਸਨ ਨੂੰ ਅਧਿਆਪਕਾਂ ਨਾਲ ਡੀਲ ਕਰਨਾ ਨਹੀਂ ਆਉਂਦਾ ਕਿ ਅਧਿਆਪਕ ਵਰਗ ਜਿਹੜਾ ਹੈ ਉਹ ਕੌਮ ਦਾ ਨਿਰਮਾਤਾ ਹੁੰਦਾ ਹੈ ਅਤੇ ਨਿਰਮਾਤਾ ਦੀ ਇੱਜ਼ਤ ਕਰੀਦੀ ਹੈ, ਉਹਨੂੰ ਪੂਜੀਦਾ ਹੈ, ਨਾ ਕਿ ਉਸਨੂੰ ਧੱਕੇ ਮਾਰੀਦੇ ਹੈ। ਇਹ ਪ੍ਰਸ਼ਾਸਨ ਨੇ ਅੱਜ ਬਹੁਤ ਗਲਤ ਕੀਤਾ, ਜਦੋਂ ਕਿ ਪ੍ਰਸ਼ਾਸਨ ਜਾਣਦਾ ਸੀ ਕਿ ਅਸੀਂ ਉਰੇ ਜਿਹੜਾ ਹੈ ਇੱਕ ਰੋਸ ਮਾਰਚ ਕਰਨ ਆਏ ਹਾਂ, ਇੱਕ ਸੰਘਰਸ਼ੀ ਜਗਰਾਤਾ ਜਿਹੜਾ ਹੈ ਉਹ ਲਗਾਉਣ ਆਏ ਹੈ ਤਾਂ ਜੋ ਇਹ ਸੁੱਤੀਆਂ ਜ਼ਮੀਰਾਂ ਨੂੰ ਜਗਾ ਸਕੀਏ, ਇਹਨਾਂ ਮੰਤਰੀਆਂ ਨੂੰ ਜਗਾ ਸਕੀਏ ਅਤੇ ਦੱਸ ਸਕੀਏ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਅਤੇ ਇਸ ਧੱਕੇ ਨੂੰ ਰੋਕੋ, ਆਪਣੇ ਫੈਸਲੇ ਨੂੰ ਦੁਬਾਰਾ ਵਿਚਾਰੋ ਅਤੇ ਸਾਡੇ ਜਿਹੜੇ ਕੱਟ ਲਾਇਆ ਤਨਖਾਹਾਂ 'ਤੇ ਉਸਨੂੰ ਜੋ ਬਿਲਕੁਲ ਹੀ ਸਾਡਾ ਕਤਲ ਹੈ, ਨੀਤੀਗਤ ਕਤਲ ਹੈ ਸਾਡੇ ਪਰਿਵਾਰਾਂ ਦਾ, ਸਾਡੀਆਂ ਜ਼ਿੰਮੇਵਾਰੀਆਂ ਦਾ। ਇਹ ਅਧਿਆਪਕ ਵਰਗ ਨੂੰ ਇੱਕ ਫਾਂਸੀ 'ਤੇ ਲਾਉਣ ਨੂੰ ਤੁਰੇ ਹੋਏ ਨੇ ਸਰਕਾਰਾਂ। ਪਹਿਲਾਂ ਕਿਸਾਨ ਫਾਹੇ ਲੈਂਦੇ ਸੀ, ਆਉਂਦੇ ਸਮੇਂ 'ਚ ਜਿਹੜੇ ਨੇ ਅਧਿਆਪਕ ਫਾਹੇ ਲਿਆ ਕਰਨਗੇ। ਕੀ ਅਗਲਾ ਕੀ ਪ੍ਰੋਗਰਾਮ ਹੁਣ ਤੁਹਾਡਾ?
ਹੁਣ ਅਸੀਂ ਇਹ ਜਿਹੜੇ ਸੰਘਰਸ਼ੀ ਰਾਤਾਂ ਨੇ ਇਹ ਅਸੀਂ ਵੱਖ ਵੱਖ ਬਲਾਕਾਂ 'ਚ ਜਿਹੜੇ ਨੇ ਉਹ ਕਰਾਂਗੇ ਜਗਰਾਤੇ, ਤਾਂ ਜੋ ਵੱਖ ਵੱਖ ਥਾਵਾਂ ਦੇ MLA ਜਾਂ ਵਿਧਾਇਕ ਜਿਹੜੇ ਨੇ ਉਹਨਾਂ ਨੂੰ ਜਗਾਇਆ ਜਾ ਸਕੇ ਕਿ ਜਾਗੋ ਅਤੇ ਆਪਣੇ ਫੈਸਲੇ ਨੂੰ ਮੁੜ ਵਿਚਾਰੋ, ਅਧਿਆਪਕਾਂ ਦੇ ਨਾਲ ਇੰਨਾ ਧੱਕਾ ਨਾ ਕਰੋ। ਇਹ ਸ਼ੋਸ਼ਣ ਹੈ ਨਿਰਾ ਹੀ ਇੱਕ ਅਧਿਆਪਕ ਦਾ, ਇੱਕ ਉਸਦੇ ਪਰਿਵਾਰ ਦਾ। ਇਸ ਸਾਰੇ ਮਾਮਲੇ 'ਤੇ ਸਿੱਖਿਆ ਮੰਤਰੀ OP ਸੋਨੀ ਦਾ ਕੀ ਕਹਿਣਾ ਹੈ, ਉਹ ਵੀ ਤੁਹਾਨੂੰ ਸੁਣਾ ਦਿੰਦਿਆਂ। ਵੇਖੋ, ਧਰਨਿਆਂ 'ਤੇ ਇਹਨਾਂ ਨੂੰ ਰਿਕੁਐਸਟ ਅਸੀਂ ਕੀਤੀ ਵੀ ਇਹ ਕੰਮ ਨਾ ਕਰੋ, ਠੀਕ ਨਹੀਂ। ਸੋ ਹੁਣ ਜਿਹੜਾ ਸਾਡੀ ਰਿਕੁਐਸਟ ਮੰਨ ਲੂਗਾ, ਮੈਂ ਸਮਝਣਾ ਵੀ ਮੰਨ ਲੈਣਗੇ, ਜੇ ਨਹੀਂ ਤਾਂ ਫਿਰ ਅਸੀਂ ਬੱਚਿਆਂ ਦੀ ਐਜੂਕੇਸ਼ਨ ਦਾ ਨੁਕਸਾਨ ਨਹੀਂ ਹੋਣ ਦੇਣਾ, ਫਿਰ ਕਾਨੂੰਨ ਆਪਣਾ ਕੰਮ ਕਰੂਗਾ। ਸਾਨੂੰ ਉਹਨਾਂ ਭਰਤੀ ਹੋਣ ਤੋਂ ਪਹਿਲਾਂ ਅਸੀਂ ਆਪਸ਼ਨ ਮੰਗੀਆਂ ਸੀਗੀਆਂ ਕਿ ਕਿੰਨੇ ਕੁ ਜਾਣੇ ਤੁਸੀਂ ਆਉਣਾ ਚਾਹੁੰਦੇ ਹੋ। ਉਹਨਾਂ 'ਚੋਂ 94% ਨੇ ਆਪਣੀ ਆਪਸ਼ਨ ਦਿੱਤੀ ਕਿ ਅਸੀਂ ਰੈਗੂਲਰ ਹੋਣਾ ਚਾਹੁੰਦੇ ਹਾਂ, ਅਸੀਂ 10,300 ਤੋਂ ਭਰਤੀ ਹੋਣਾ ਚਾਹੁੰਦੇ ਹਾਂ। ਇਹਨਾਂ ਨੂੰ ਥੈਂਕਸ ਕਰਨਾ ਚਾਹੀਦਾ, ਕੈਪਟਨ ਸਾਹਿਬ ਨੇ 5,000 ਹੋਰ ਐਕਸਟਰਾ ਦੇ ਦਿੱਤਾ, 15,300 ਦਿਖਾ। ਯੂਨੀਅਨ ਵਾਲੇ ਜਿਹੜੇ ਲੀਡਰ ਨੇ ਨਾ, ਉਹ ਆਪਣਾ ਇਹਨਾਂ ਨੂੰ ਗੁੰਮਰਾਹ ਕਰ ਰਹੇ ਨੇ। ਇਹਨਾਂ ਨੂੰ ਜਿਹੜੇ ਪਿਛਲੇ ਪੈਸੇ ਨੇ ਪੂਰੇ ਮਿਲਦੇ ਨੇ, ਜਲਦੀ ਮਿਲ ਜਾਣੇ ਜੀ, ਅਸੀਂ ਤਾਂ ਦੇ ਰਹੇ ਹਾਂ, ਪਹਿਲਾਂ ਇੰਨਾ ਚਿਰ ਵੀ ਦਿੰਦੇ ਰਹੇ। ਉਹਨਾਂ ਦਾ ਸੰਘਰਸ਼ ਵਿੱਦਿਆ ਮੰਤਰੀ ਜਾਇਜ਼ ਮੰਨਦੇ ਆ ਜਾਂ ਨਜਾਇਜ਼ ਮੰਨਦੇ? ਵੇਖੋ, ਸੰਘਰਸ਼ ਜਿਹੜਾ ਧਰਨੇ ਵਾਲਾ, ਕਈ ਵਾਰ ਟੀਚਰ ਜਿਹੜੇ ਨੇ ਉਹਨਾਂ ਨੂੰ ਮਿਸਗਾਈਡ ਕਰਦੇ ਨੇ, ਜਿਹੜੀਆਂ ਯੂਨੀਅਨ ਜਿਹੜੇ ਲੀਡਰ ਨੇ ਜਿਹੜੇ। ਵੇਖੋ, ਐਜੀਟੇਸ਼ਨ ਜਿਹੜਾ ਚੱਲ ਰਿਹਾ, ਇਹ ਕੁਝ ਟੀਚਰ ਨੇ ਜਿਹੜੇ ਪਿੱਛੇ ਅੱਜ ਤੋਂ 10-15 ਸਾਲ ਪਹਿਲਾਂ ਜਦੋਂ ਸੈਂਟਰ ਗੌਰਮੈਂਟ ਦੀਆਂ ਸਕੀਮਾਂ ਚੱਲ ਰਹੀਆਂ ਸੀ, ਜਿਸ ਤਰ੍ਹਾਂ ਸਰਵ ਸਿੱਖਿਆ ਅਭਿਆਨ ਸੀਗਾ, ਉਦੋਂ ਇਹ ਸੈਡੀਆਂ ਦੇ ਥਰੂ ਭਰਤੀ ਕੀਤੇ ਗਏ ਸੀ ਟੀਚਰਸ। ਸੋ ਇਹਨਾਂ ਦੀ ਆਪਣੀ ਡਿਮਾਂਡ ਸੀ ਕਿ ਸਾਨੂੰ ਜਿਹੜਾ ਹੈ ਉਹ ਤੁਸੀਂ ਐਜੂਕੇਸ਼ਨ ਡਿਪਾਰਟਮੈਂਟ 'ਚ ਲੈ ਲਓ, ਸਾਨੂੰ ਪਰਮਾਨੈਂਟ ਕਰ ਦਿਓ। ਸੋ ਇਹਨਾਂ ਨਾਲ ਮੀਟਿੰਗਾਂ ਹੋਈਆਂ, ਇਹਨਾਂ ਦੀਆਂ ਯੂਨੀਅਨਸ ਨਾਲ ਮੀਟਿੰਗਾਂ ਹੋਈਆਂ। ਸੋ ਜੋ ਇਹਨਾਂ ਕਿਹਾ ਉਹਦੇ ਮੁਤਾਬਕ ਅਸੀਂ ਕੀਤਾ ਇਹਨਾਂ ਨੂੰ। ਹੁਣ ਅਸੀਂ ਬੇਸ਼ੱਕ ਪਹਿਲਾਂ ਇਹ ਸੈਲਰੀ ਜਿਹੜੀ ਸੀ ਇਹਨਾਂ ਦੀ, ਕਿਉਂਕਿ ਸੈਲਰੀਆਂ ਦੀ ਭਰਤੀ ਸੀ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਦੀ ਭਰਤੀ ਨਹੀਂ, ਅਸੀਂ ਤਾਂ ਫਰੈਸ਼ ਇਹਨਾਂ ਦੀ ਅਪੁਆਇੰਟਮੈਂਟ ਕੀਤੀ ਆ ਉਸ ਵੇਲੇ। ਸੁਣੋ, ਇਹਨਾਂ ਨੂੰ ਹੁਣ ਅਸੀਂ ਸਰਕਾਰ ਵੱਲੋਂ ਆਪਣੇ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਭਰਤੀ ਕਰ ਲਿਆ। ਜੋ ਸਾਡੀ ਪੋਲਸੀ ਆ ਉਹਦੇ ਮੁਤਾਬਕ ਅਸੀਂ ਜਦੋਂ ਭਰਤੀ ਕਰਦੇ ਹਾਂ, ਕੋਈ ਵੀ ਟੀਚਰ ਨੂੰ ਭਰਤੀ ਕਰਦੇ ਹਾਂ ਨਵੇਂ ਨੂੰ, ਉਹਨੂੰ ਅਸੀਂ 10,300 ਦਾ ਜੋ ਪੇ ਸਕੇਲ ਆ ਉਹਦੇ ਮੁਤਾਬਕ ਅਸੀਂ ਕਰਦੇ ਹਾਂ। ਇਹਨਾਂ ਨੂੰ 3 ਸਾਲ ਬਾਅਦ ਪੂਰੀ ਸੈਲਰੀ ਮਿਲ ਜਾਣੀ ਆ। ਸੋ ਇਹਨਾਂ ਦੀ ਤਾਂ ਆਪਣੀ ਜਿਹੜੀ ਡਿਮਾਂਡ ਸੀਗੀ ਕਿ ਸਾਨੂੰ ਲਿਆ ਜਾਵੇ ਡਿਪਾਰਟਮੈਂਟ 'ਚ, ਸਾਡੀ ਪਹਿਲਾਂ ਵੀ ਜਿਹੜੀ ਅੱਜ ਤੋਂ ਅਸੀਂ 6 ਮਹੀਨੇ ਪਹਿਲਾਂ ਅਪੁਆਇੰਟਮੈਂਟ ਲੈਟਰ ਦਿੱਤੇ ਨੇ, 3,500 ਟੀਚਰ ਅਸੀਂ ਐਜ ਏ ਮਾਈਟਰ ਕੈਰੇਟ ਜਿਹੜੇ ਅਸੀਂ ਭਰਤੀ ਕੀਤੇ ਸੀ। ਇਹ ਆਪਣੀ ਸਰਵਿਸ ਛੱਡ ਕੇ ਉਸ ਵੇਲੇ ਵੀ ਉਸ ਟੈਸਟ 'ਚ ਇਹਨਾਂ ਨੇ ਪਾਰਟੀਸਪੇਟ ਕੀਤਾ, 800 ਟੀਚਰ ਉੱਥੇ ਸਿਲੈਕਟ ਹੋਏ ਇਹਨਾਂ 'ਚੋਂ ਜਿਹੜੇ ਛੱਡ ਕੇ ਆਪਣੇ ਆਪ। ਉਦੋਂ ਤਾਂ ਅਸੀਂ ਕਿਹਾ ਨਹੀਂ ਸੀ ਕਿਸੇ ਨੂੰ, ਇਹ ਉਸ ਵੇਲੇ ਵੀ 10-300 ਦੇ ਆਏ ਨੇ, ਪਿੱਛੇ ਮੇਰੇ ਕੋਲ ਆਏ ਸੀ ਸਾਰੇ। ਇਹਨਾਂ ਆਖਿਆ ਵੀ ਸਾਨੂੰ 2 ਮਹੀਨੇ ਦਾ ਟਾਈਮ ਦੇ ਦਿਓ, 2 ਮਹੀਨੇ ਬਾਅਦ ਅਸੀਂ ਜੁਆਇਨ ਕਰ ਲਵਾਂਗੇ ਜੇ ਤੁਸੀਂ ਸਾਡਾ ਕਰਾ ਹੀ ਰਹੇ ਹੋ, ਜੇ ਤੋਂ ਕੋਈ ਚੰਗਾ ਸਾਨੂੰ ਹੱਲ ਮਿਲ ਜਾਵੇ, ਸਰਕਾਰ ਸਾਨੂੰ ਪਰਮਾਨੈਂਟ ਵੈਸੇ ਹੀ ਕਰ ਦੇ, ਸਾਨੂੰ ਬਾਰਡਰ 'ਤੇ ਨਾ ਜਾਣਾ ਪਏ। ਕਿਉਂਕਿ ਜਿਹੜੇ ਟੀਚਰ ਅਸੀਂ ਰੱਖੇ ਸੀ ਪਿੱਛੇ, ਇਹ ਅਸੀਂ ਬਾਰਡਰ ਵਾਸਤੇ ਰੱਖੇ ਸੀ, ਕਿਉਂਕਿ ਬਾਰਡਰਾਂ ਦੇ ਜਿਹੜੇ ਸਾਡੇ ਸਕੂਲ ਨੇ ਉੱਥੇ ਟੀਚਰ ਘੱਟ ਸੀ, ਟੀਚਰਾਂ ਦੀ ਘਾਟ ਸੀ। ਇਸ ਕਰਕੇ ਅਸੀਂ ਸਾਰਿਆਂ ਨੂੰ ਕਿਹਾ ਕਿ ਤੁਸੀਂ ਬਾਰਡਰ 'ਤੇ ਜਾਣਾ, ਇਹ ਬਾਰਡਰ ਵਾਸਤੇ ਸਾਡੀ ਭਰਤੀ ਹੈ ਟੀਚਰਾਂ। ਫਿਰ ਇਹਨਾਂ ਨੇ ਰਿਕੁਐਸਟ ਕੀਤੀ ਕਿ ਸਾਨੂੰ ਬਾਰਡਰ 'ਤੇ ਨਾ ਭੇਜੋ, ਸਾਨੂੰ ਜਿੱਥੇ ਜਿੱਥੇ ਅਸੀਂ ਬੈਠੇ ਹਾਂ ਉੱਥੇ ਸਾਨੂੰ ਰਹਿਣ ਦਿਓ, ਦੁਬਾਰਾ ਜੇ ਤੁਸੀਂ ਸਾਨੂੰ ਪੱਕਿਆਂ ਕਰਦੀ ਸਰਕਾਰ ਤਾਂ ਅਸੀਂ ਇੱਥੇ ਰਹਿ ਜਾਵਾਂਗੇ, ਸਾਨੂੰ 2 ਮਹੀਨੇ ਦਾ ਟਾਈਮ ਦੇ ਦਿਓ ਦਿੱਤਾ ਸੀਗਾ। ਸੋ ਇਹਨਾਂ ਦੀ ਆਪਣੀ ਮਰਜ਼ੀ ਸੀ, ਆਪਣੀ ਇਹਨਾਂ ਦੀ ਡਿਮਾਂਡ ਸੀ, ਉਹਦੇ ਮੁਤਾਬਕ ਸਰਕਾਰ ਨੇ ਬੜਾ ਇੱਕ ਇਤਿਹਾਸਿਕ ਫੈਸਲਾ ਲਿਆ। ਇਹ 9,000 ਟੀਚਰ ਦੇ ਕਰੀਬ ਨੇ ਸਾਰੇ ਸੋਸਾਇਟੀਆਂ ਵਾਲੇ। ਸੋ ਇਹਨਾਂ ਨੂੰ ਅਸੀਂ ਪਰਮਾਨੈਂਟ ਭਰਤੀ ਕਰ ਲਿਆ। ਹੁਣ ਜਿਹੜੀਆਂ ਯੂਨੀਅਨ ਟੀਚਰ ਨਹੀਂ ਧਰਨਿਆਂ 'ਤੇ ਜਾਂਦੇ ਜੀ, ਇਹ ਕੋਈ ਯੂਨੀਅਨਸ ਨੇ, ਇਹਨਾਂ 'ਚੋਂ ਇੱਕ ਯੂਨੀਅਨ 'ਚ ਜਿਹੜੀ ਸਾਂਝਾ ਮੋਰਚਾ ਹੈ ਉਹ ਲੱਗੇ ਨੇ, ਕੁਝ ਟੀਚਰਾਂ ਨੂੰ ਗੁੰਮਰਾਹ ਕਰ ਰਹੇ ਨੇ। ਤੁਸੀਂ ਟੀਚਰਾਂ ਨੂੰ ਜਾ ਕੇ ਪੁੱਛ ਕੇ ਵੇਖੋ, ਉਹਨਾਂ ਦੇ ਬਹੁਤ ਵਧੀਆ ਫੈਸਲਾ ਸਰਕਾਰ ਨੇ ਸਾਡੇ ਲਈ ਕੀਤਾ, ਉਹਨਾਂ ਸਾਰਿਆਂ ਨੇ ਜੁਆਇਨ ਕਰਨਾ ਟੀਚਰਾਂ ਨੇ। ਸੋਨੀ ਸਾਹਿਬ, ਜਿਹੜੀਆਂ ਮੀਟਿੰਗਾਂ ਹੋਈਆਂ 3, ਉਹ ਤੁਹਾਡੀ ਟੈਨਿਓਰ ਦੇ ਵਿੱਚ ਹੋਈਆਂ ਜਾਂ ਪਿਛਲੀ ਸਰਕਾਰ 'ਚ ਹੋਈਆਂ ਸੀ? ਇਹਨਾਂ ਦੀਆਂ ਯੂਨੀਅਨਸ ਦੀਆਂ ਮੀਟਿੰਗਾਂ ਪਹਿਲਾਂ ਵੀ ਹੁੰਦੀਆਂ ਰਹੀਆਂ, ਮੇਰੇ ਨਾਲ ਤਾਂ 3 ਮੀਟਿੰਗਾਂ ਜਿਹੜੀਆਂ ਮੇਰੇ ਟਾਈਮ 'ਤੇ 5-6 ਮਹੀਨਿਆਂ ਦੇ ਵਿੱਚ ਯੂਨੀਅਨਸ ਨੇ ਕੀਤੀਆਂ। ਸੋ ਇਹ ਆਪ ਮਿਲਦੇ ਨੇ ਸਾਰੇ ਟੀਚਰ ਕਿ ਸਾਨੂੰ ਪਰਮਾਨੈਂਟ ਕਰ ਲਓ, 10,300 ਦੇ ਕਰ ਲਓ। ਤੁਹਾਡੀ ਗੱਲ ਬਿਲਕੁਲ ਠੀਕ ਹੈ। ਇਹਦੇ 'ਚ ਇੱਕ ਪੱਖ ਇਹ ਵੀ ਹੈ ਕਿ ਕੇਂਦਰ ਸਰਕਾਰ ਦੇ ਜਿਹੜਾ ਹੈਗਾ ਰਮਸਾ ਜਾਂ ਸੈਂਟਰ ਦੀ ਜਿਹੜੀ ਸਕੀਮ ਹੈਗੀ ਹੈ ਉਹਦੇ 'ਚ ਜਿੰਨਾ ਫੰਡ ਆਉਂਦਾ ਸੀ ਉਹਦਾ 25% ਉਹਨਾਂ ਦਾ ਦੋਸ਼ ਹੈ ਕਿ ਪੰਜਾਬ ਗੌਰਮੈਂਟ ਆਪਣੇ ਖਾਤੇ 'ਚ ਰੱਖ ਰਹੀ, 75% ਸਾਨੂੰ ਦੇ ਰਹੀ ਹੈ, ਇਹ ਦੋਸ਼ ਕਿੰਨਾ ਸਹੀ ਹੈ? ਵੇਖੋ, ਇਹ ਤਾਂ ਐਵੇਂ ਗੁੰਮਰਾਹ ਕਰਨ ਵਾਲੀ ਗੱਲ ਆ
ਜਿਹੜੇ ਸੈਂਟਰ ਗੌਰਮੈਂਟ ਦੇ ਫੰਡਸ ਆਉਂਦੇ ਸੀਗੇ ਹੁਣ ਉਹਨਾਂ ਨੇ ਘੱਟ ਲਾਤਾ। ਪਹਿਲਾਂ 60% ਦਿੰਦੇ ਸੀਗਾ ਸੈਲਰੀ ਦਾ, 40% ਸਟੇਟ ਪਾਉਂਦੀ ਸੀ ਤਾਂ ਇਹਨਾਂ ਨੂੰ 42,000 ਦੇ ਕਰੀਬ ਮਿਲਦਾ ਸੀ, ਉਹਦੇ 'ਚ ਵੀ 40% ਸਟੇਟ ਦਿੰਦੀ ਸੀਗੀ। ਇਹ ਐਵੇਂ ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਸੋਹਿਬ ਜੀ ਕੋਈ ਗੱਲ ਨਹੀਂ ਕਿ ਪੰਜਾਬ ਗੌਰਮੈਂਟ ਰੱਖ ਲੈਂਦੀ ਹੈ, ਸੈਂਟਰ ਦੇ ਪੈਸੇ ਆਉਂਦੇ ਨੇ, ਕੋਈ ਗੱਲ ਨਹੀਂ। ਹੁਣ ਸੈਂਟਰ ਨੇ ਆਪ ਘੱਟ ਲਾਤਾ, ਉਹਨਾਂ ਆਖਿਆ ਜੀ ਅਸੀਂ ਸਿਰਫ 15,000 ਹੀ ਦਿਆਂਗੇ ਟੀਚਰ ਨੂੰ, ਇੱਕ ਟੀਚਰ ਨੂੰ 15,000 ਦਾਂਗੇ, ਜਿਹੜਾ ਕਿ 60% ਦਿੰਦੇ ਸੀ ਉਹ ਵੀ ਉਹਨਾਂ ਹੱਥ ਚੁੱਕ ਲਿਆ, ਘੱਟ ਲਾਤਾ। ਆਗੂ ਜਿਹੜੇ ਕੱਲ੍ਹ ਸਸਪੈਂਡ ਕੀਤੇ ਗਏ ਨੇ ਉਹ ਟੀਚਰਸ ਦੇ, ਜਿਹੜੇ ਕੱਲ੍ਹ ਰਾਤ ਦਾ ਫੈਸਲਾ ਹੈਗਾ ਉਹਨਾਂ ਦਾ ਵੀ ਇੱਕ ਵਿਰੋਧ ਹੋ ਰਿਹਾ ਹੈਗਾ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਜਿਹੜਾ ਕੰਮ ਨਹੀਂ ਕਰੂਗਾ ਕੰਮ 'ਤੇ ਜਾਊਗਾ ਨਹੀਂ, ਬੱਚਿਆਂ ਦੀ ਐਜੂਕੇਸ਼ਨ ਦਾ ਨੁਕਸਾਨ ਕਰੇਗਾ। ਦੇਖੋ ਧਰਨਾ ਦੇਣਾ ਜਾਂ ਬੋਲਣਾ ਇਹ ਤਾਂ ਸਾਡੇ ਡੈਮੋਕ੍ਰੇਸੀ ਦਾ ਅਧਿਕਾਰ ਆ, ਹਰ ਇੱਕ ਨੂੰ ਅਧਿਕਾਰ ਆ ਆਪਣੀ ਗੱਲ ਕਰ ਸਕਦਾ, ਪਰ ਕਿਸੇ ਦਾ ਨੁਕਸਾਨ ਕਰਕੇ ਇਹਦਾ ਵੀ ਕੋਈ ਤਰੀਕਾ ਹੁੰਦਾ? ਹੁਣ ਬੱਚਿਆਂ ਵਰਕਿੰਗ ਡੇ 'ਤੇ ਜਾ ਕੇ ਤੁਸੀਂ ਉੱਥੇ ਧਰਨੇ ਦਿਓਗੇ, ਬੱਚਿਆਂ ਦੀ ਐਜੂਕੇਸ਼ਨ ਦਾ ਲੋਸ ਨੁਕਸਾਨ ਕਰੋਗੇ, ਉਹ ਕਿੱਥੋਂ ਤੱਕ ਠੀਕ ਆ? ਨੋ ਵਰਕ ਨੋ ਪੇ। ਆਪਣੇ ਹੱਕਾਂ ਲਈ ਲੜਨ ਵਾਲੇ ਇਹਨਾਂ ਅਧਿਆਪਕਾਂ ਵਿੱਚੋਂ ਕਈ ਅਧਿਆਪਕਾਂ ਨੂੰ ਪੰਜਾਬ ਸਰਕਾਰ ਬਰਖਾਸਤ ਵੀ ਕਰ ਚੁੱਕੀ ਹੈ। ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਸਿੱਖਿਆ ਪ੍ਰਣਾਲੀ ਅਤੇ ਅਧਿਆਪਕਾਂ ਦੀਆਂ ਤਨਖਾਹਾਂ ਨੂੰ ਲੈ ਕੇ ਵੱਡੇ ਵੱਡੇ ਵਾਅਦੇ ਕਰਦੀ ਨਜ਼ਰ ਆ ਰਹੀ ਸੀ। ਪੰਜਾਬ ਸਰਕਾਰ ਦੇ ਇਸ ਫੈਸਲੇ ਨੇ ਜਿੱਥੇ ਹੁਣ ਪੰਜਾਬ ਸਰਕਾਰ ਦੇ ਵਾਅਦਿਆਂ ਦੀ ਪੋਲ ਖੋਲ੍ਹੀ ਹੈ, ਉੱਥੇ ਨਾਲ ਹੀ ਸਿੱਖਿਆ ਨੂੰ ਲੈ ਕੇ ਸਰਕਾਰ ਕਿੰਨੀ ਕੁ ਜ਼ਿੰਮੇਵਾਰ ਹੈ ਇਸ ਪ੍ਰਤੀ ਵੀ ਸਰਕਾਰ ਦਾ ਚਿਹਰਾ ਬੇਨਕਾਬ ਹੋਇਆ। ਵੇਖਣਾ ਹੋਵੇਗਾ ਕਿ ਅਧਿਆਪਕਾਂ ਦੇ ਇਸ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਸਰਕਾਰ ਚੁੱਕਦੀ ਹੈ ਜਾਂ ਫਿਰ ਇਹ ਰੋਸ ਪ੍ਰਦਰਸ਼ਨ, ਧਰਨੇਬਾਜ਼ੀਆਂ ਅਤੇ ਨਾਅਰੇਬਾਜ਼ੀਆਂ ਇਸੇ ਤਰ੍ਹਾਂ ਜਾਰੀ ਰਹਿੰਦੀਆਂ ਨੇ। ਕਈ ਥਾਵਾਂ 'ਤੇ ਤਾਂ ਪੁਲਿਸ ਵੱਲੋਂ ਅਧਿਆਪਕਾਂ 'ਤੇ ਲਾਠੀਚਾਰਜ ਕਰਨ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ। ਲੋਕ ਜਿਸ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੰਦੇ ਨੇ ਸਰਕਾਰ ਉਸ 'ਤੇ ਡੰਡੇ ਵਰਾ ਰਹੀ ਹੈ। ਸਰਕਾਰ ਦੀ ਇਸ ਘਿਨਾਉਣੀ ਹਰਕਤ ਕਾਰਨ ਪੰਜਾਬ ਸਰਕਾਰ ਨੂੰ ਲੋਕ ਭੰਡਦੇ ਵੀ ਨਜ਼ਰ ਆ ਰਹੇ ਨੇ। ਰੋਪੜ ਤੋਂ ਸੱਜਣ ਸੈਣੀ, ਪੰਜਾਬੀ ਲੋਕ ਚੈਨਲ।